ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਅੱਜ ਦੀ ਨਿਊਜ਼ ਦੇ ਵਿੱਚ। ਪਿਆਰੇ ਕਿਸਾਨ ਵੀਰੋ, ਅੱਜ ਖੜ੍ਹੇ ਹਾਂ ਫਤਿਹਗੜ੍ਹ ਸਾਹਿਬ ਹੌਲੈਂਡ ਦੀ ਏਜੰਸੀ ਦੇ ਵਿੱਚ। ਉਰੇ ਟਰੈਕਟਰ ਨੇ ਕੱਟੇ ਹੋਏ, ਕਾਫ਼ੀ ਵਧੀਆ ਟਰੈਕਟਰ, ਉੱਚੀ ਪਾਵਰ ਦੇ ਟਰੈਕਟਰ ਖੜ੍ਹੇ ਨੇ। ਆਪਾਂ ਤੁਹਾਨੂੰ ਕੀ ਕਰਕੇ ਇਹਦਾ ਰੇਟ ਅਤੇ ਮਾਡਲ ਦੱਸਾਂਗੇ। ਇਹ ਸਾਰੇ ਟਰੈਕਟਰ ਸੇਲ ਵਾਸਤੇ ਨੇ। ਅਤੇ ਜੇ ਆਪਾਂ ਸ਼ੁਰੂ ਕਰਦੇ ਹਾਂ, ਪਹਿਲੇ ਟਰੈਕਟਰ 60-55 ਦੀ, ਇਹ ਟਰੈਕਟਰ ਹੈਗਾ ਜੀ 2013 ਮਾਡਲ ਜੀ। ਇਹ ਟਾਇਰ ਦੀ ਕੰਡੀਸ਼ਨ ਹਾਲੇ ਕਰੀ, ਪਿਛਲੇ ਟਾਇਰ ਦੇ ਹਾਲੇ 14 ਦੇ ਨੇ। ਬੁੱਲੇ ਟਾਇਰ ਬੜੇ ਪਾਏ ਹੋਏ ਨੇ, 7-50-16 ਦੇ। ਪਿਛਲੇ ਟਾਇਰ ਹੈਗੇ ਲਗਭਗ 40 ਪੈਸੇ, ਔਰ ਮੁੱਲੇ ਟਾਇਰ ਵੀ ਲਗਭਗ 50% ਖੜ੍ਹੇ ਨੇ। ਕਿੰਨੀ ਡਿਮਾਂਡ ਇਹ ਦੱਸੀ ਆਪਣੇ? 4.25 ਲੱਖ ਜੀ, 4.25 ਲੱਖ ਰੁਪਈਆ ਡਿਮਾਂਡ ਆ ਟਰੈਕਟਰ ਦੀ। ਅਤੇ ਦੂਜਾ ਟਰੈਕਟਰ ਆ ਗਿਆ 2016 ਮਾਡਲ ਸੁਪਰ 3730। ਹਾਲਾਂਕਿ ਜਿਹੜੇ ਟਾਇਰ ਨੇ, ਚਾਰੇ ਟਾਇਰ ਗੋਲ ਨੇ, ਬਾਕੀ ਟਰੈਕਟਰ ਦੀ ਕੰਡੀਸ਼ਨ ਠੀਕ ਹੈ। ਆਪਣਾ ਮਰਕਾਟਾ ਮਰੂਡਾ ਵੱਲੋਂ ਬਿਲਕੁਲ ਟਰੈਕਟਰ ਓਕੇ ਕੰਡੀਸ਼ਨ ਦੇ ਵਿੱਚ ਆ, ਠੀਕ ਹੈ। ਜਿਮੀਦਾਰ ਦੇ ਘਰ ਚੱਲਿਆ ਵਾ ਇਹ, ਵੀਰ ਕਹਿੰਦਾ ਵੀ ਜਿਮੀਦਾਰ ਦੇ ਘਰ ਚੱਲਿਆ ਵਾ ਇਹਦੀ, ਠੀਕ ਹੈ, ਕਿਰਾਏ ਵਗੈਰਾ ਚੱਲਿਆ ਵਾ ਜੀ, ਠੀਕ ਹੈ ਠੀਕ ਹੈ ਜੀ। ਇਹਦੀ ਕਿੰਨੀ ਡਿਮਾਂਡ ਸੀ ਆਪਣੇ? 3,65,000 ਦਾ ਟਰੈਕਟਰ ਦੇਣਾ ਹੈ। ਇੱਕ ਜੀ ਮੇਰੇ ਨਾਲ ਟੋਪ ਲਿੰਕ ਡਰਾਵਰ ਹੁੱਕ ਵਗੈਰਾ ਵਗੈਰਾ ਤਾਂ ਹੋਊਗਾ ਨਾ, ਠੀਕ ਹੈ ਠੀਕ ਹੈ ਜੀ। ਅਤੇ ਆਣਾ ਗਿਆ ਹੌਲੈਂਡ 5,500, 2011 ਮਾਡਲ ਟਰੈਕਟਰ ਆ, 3 ਸਪੀਡ ਦੇ ਵਿੱਚ, ਫਸਟ ਪਾਰਟੀ ਇਹੀ, ਠੀਕ ਹੈ ਠੀਕ ਹੈ ਜੀ। 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆ, ਪਿਛਲੇ ਟਾਇਰ ਦੇ ਜਿਹੜੇ ਖੜ੍ਹੇ ਤੇ ਲਗਭਗ 45-50% ਟਾਇਰ ਪਏ ਨੇ, ਸੇਮ ਹੀ ਚਾਰੇ ਟਾਇਰ ਵਧੀਆ ਕੰਡੀਸ਼ਨ ਦੇ ਵਿੱਚ ਨੇ। ਮੂਹਰੇ ਦਾ ਵੈਪਰ ਲੰਬਾ ਲੱਗਿਆ ਹੋਇਆ, ਹੈਵੀ ਵੈਪਰ, ਪਾਵਰ ਸਟੇਅਰਿੰਗ ਦੇ ਵਿੱਚ ਆ, ਉੱਪਰ ਫਾਈਬਰ ਦੀ ਕਨੋਪੀ ਲੱਗੀ ਹੋਈ ਹੈ। ਇਹਦੇ ਨਾਲ ਵੀ ਟੋਪ ਲਿੰਕ ਹੁੱਕ ਮਿਲੂਗੀ। ਕਿੰਨੀ ਡਿਮਾਂਡ ਸੀ ਆਪਣੀ ਜੀ? 4,60,000 ਰੁਪਏ ਟਰੈਕਟਰ ਦੀ ਡਿਮਾਂਡ ਆ। ਅਤੇ ਅਗਲਾ ਆ ਗਿਆ 3730 ਸਪੈਸ਼ਲ ਐਡੀਸ਼ਨ। ਜੇ ਕੋਈ 3730 ਦਾ ਫੈਨ ਹੋਵੇ ਤਾਂ ਉਹਦੇ ਸਪੈਸ਼ਲ ਐਡੀਸ਼ਨ ਖੜ੍ਹਿਆ ਟਰੈਕਟਰ। ਇਹ ਜਿਹੜੇ ਹੈਗੇ ਪਿਛਲੇ ਟਾਇਰ ਨੇ ਲਗਭਗ 20-30 ਪੈਸੇ ਟਾਇਰ ਪਏ ਨੇ, ਕਸੇਵੇਂ ਟਾਇਰ ਨੇ, ਬੁੱਲੇ ਟਾਇਰ ਪਏ ਨੇ, ਠੀਕ ਨੇ, ਵਧੀਆ ਹਾਲ ਦੇ ਵਿੱਚ ਲਾ ਜਾਣਗੇ 2-3 ਸੀਜ਼ਨ। ਇਹਦੇ ਪਰ ਵੀ ਫਾਈਬਰ ਦੀ ਕਨੋਪੀ ਲੱਗੀ ਹੋਈ ਹੈ। ਇਹ ਫਸਟ ਪਾਰਟੀ ਜੀ, ਪਹਿਲੇ ਨਵਾਂ ਹੈ ਜੀ। ਇਹਦੀ ਕਿੰਨੀ ਡਿਮਾਂਡ ਸੀ ਆਪਣੀ? ਮਾਡਲ ਜੀ 14 ਮਾਡਲ, 4.5 ਲੱਖ ਰੁਪਏ ਡਿਮਾਂਡ ਆ। ਇਹ ਅਗਲਾ ਟਰੈਕਟਰ ਆ ਗਿਆ, ਜੇ ਕੋਈ 4 ਵੀਲ ਦੇ ਵਿੱਚ ਬੜੀ ਪਾਵਰ ਦੇ ਵਿੱਚ ਸਕੀਨ ਹੋਵੇ, 60 ਪਾਵਰਾਂ ਦਾ 4 ਵੀਲ ਟਰੈਕਟਰ ਆ, ਆਪਣਾ ਐਕਸਲ ਸੀਰੀਜ਼ ਦੇ ਵਿੱਚ, ਨਿਊ ਹੌਲੈਂਡ 60-10। ਅਤੇ ਟਰੈਕਟਰ ਦਾ ਆਪਣਾ ਪਲੇਟਫਾਰਮ ਆ ਬਿਲਕੁਲ ਫਲੈਟ ਆ, ਤੁਹਾਨੂੰ ਤਾਂ ਕੰਪਨੀ ਵੱਲੋਂ ਇਹਦਾ ਆਉਂਦਾ ਜੀ। ਇਹਦੇ ਪਰ ਫਾਈਬਰ ਦੀ ਕਰੋਪੀ ਲੱਗੀ ਹੋਈ ਹੈ, ਇਹ 60 ਲੱਗੇ ਦੇ ਵਿੱਚ ਆ ਨਾ ਜੀ, ਇਹ 60 ਲੱਗੇ ਦੇ ਵਿੱਚ ਟਰੈਕਟਰ ਆ। ਕਿੰਨੇ ਮਾਡਲ ਦੱਸੇ ਜੀ ਆਪਣੇ ਜੀ? ਇਹ ਠੀਕ ਮਾਡਲ ਕੀ ਹੈ ਜੀ? 16 ਮਾਡਲ, 6.5 ਲੱਖ ਰੁਪਇਆ ਦੇਣਾ ਜੀ। ਇਹਦੇ ਨਾਲ ਵੀ ਟੋਪ ਲਿੰਕ ਦਿੱਤੀ ਜਾਊਗੀ, ਡਰਾਵਲ ਹੁੱਕ ਵਗੈਰਾ ਵਗੈਰਾ, ਇਕਨੋਪੀ ਲੱਗੀ ਹੋਈ ਹੈ ਫਾਈਬਰ ਦੀ। 4x4 ਆ ਜਿਵੇਂ 4x4 ਐਨ ਵਧੀਆ ਚਾਲੂ ਕੰਡੀਸ਼ਨ ਦੇ ਵਿੱਚ ਜੀ, ਵੀ ਕਹਿੰਦਾ ਵੀ ਬਹੁਤ ਵਧੀਆ ਚਾਲੂ ਕੰਡੀਸ਼ਨ ਦੇ ਵਿੱਚ 4x4 ਪਿਆ ਏ। ਅਤੇ ਅਗਲਾ ਟਰੈਕਟਰ ਆ ਗਿਆ 3700-2 ਨਿਊ ਹੋਲੈਂਡ ਆਲਰਾਊਂਡਰ ਪਲੱਸ, ਇਹ ਕਿੱਦਾਂ ਮਾਡਲ ਜੀ? 19 ਮਾਡਲ ਜੀ, 19 ਮਾਡਲ ਟਰੈਕਟਰ ਆ।
ਇਹਦੇ ਟਾਇਰ ਚਾਰ ਟਾਇਰ ਨਵੇਂ ਪਏ ਨੇ ਅਤੇ ਮਤਲਬ ਵੀ ਹਾਈ ਲੋ ਦੇ ਵਿੱਚ ਹੈ ਨਾ ਜੀ, ਹਾਈ ਲੋ ਦੇ ਵਿੱਚ ਟਰੈਕਟਰ ਆ। ਕਿੰਨੀ ਡਿਮਾਂਡ ਸੀ ਇਹਦੀ? 5.5 ਲੱਖ ਰੁਪਈਆ ਡਿਮਾਂਡ, 19 ਮਾਡਲ, ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ, ਟਾਇਰ ਬਿਲਕੁਲ ਨਵੇਂ ਪਏ ਨੇ, ਉੱਪਰ ਛੱਤ ਵੀ ਲੱਗੀ ਹੋਈ ਆ ਕੱਪੜੇ ਵਾਲੀ, ਟੋਪ ਲਿੰਕ ਆਪਣਾ ਹੁੱਕ ਡਰਾਵਾ ਡੰਡਾ ਸਭ ਕੁਛ ਆਪਣਾ ਨਾਲ ਆ। ਬਾਕੀ ਇੱਕ ਵਾਰ ਸਾਰੇ ਟਰੈਕਟਰਾਂ ਦੇ ਮਾਰ ਦੇ ਨਿਗਾ, ਇਹ ਜਿਵੇਂ ਇੰਜਣ ਗੇਅਰ ਵੱਲੋਂ ਟਰੈਕਟਰ ਸਾਰੇ ਓਕੇ ਨੇ ਬਿਲਕੁਲ ਜੀ, ਇੰਜਣ ਗੇਅਰ ਕਲਾਸ ਰੰਗੀ ਵਰਲਡ ਨਿਊ ਹੋਲੈਂਡ ਟਰੈਕਟਰ ਜੱਫੀ ਸਰਹੰਦ ਉੱਥੇ ਖੜੇ ਨੇ, ਰੰਗੀ ਵਰਲਡ ਜੀ, ਰੰਗੀ ਵਰਲਡ ਠੀਕ ਹੈ ਜੀ। ਇਹ ਸਾਰੇ ਟਰੈਕਟਰ ਆਪਣਾ ਰੰਗੀ ਵਰਲਡ ਨਿਊ ਹੋਲੈਂਡ ਟਰੈਕਟਰ ਏਜੰਸੀ ਸਰਹੰਦ ਉੱਥੇ ਟਰੈਕਟਰ ਖੜੇ ਨੇ, ਸਾਰੇ ਟਰੈਕਟਰ ਸੇਲ ਵਾਸਤੇ ਨੇ। ਬਾਕੀ ਆਪਾਂ ਕੰਟੈਕਟ ਨੰਬਰ ਪਾ ਦਿੰਦੇ ਹਾਂ ਵੀਡੀਓ ਦੇ ਵਿੱਚ, ਉੱਪਰ ਚੱਲ ਰਿਹਾ ਕੰਟੈਕਟ ਨੰਬਰ, ਤੁਸੀਂ ਉਹਦੇ ਨਾਲ ਕੰਟੈਕਟ ਕਰਕੇ ਆਪਣਾ ਆ ਕੇ ਟਰੈਕਟਰ ਲੈ ਸਕਦੇ ਹੋ। ਇੰਜਣ ਗੇਅਰ ਵੱਲੋਂ ਕੱਚ ਵੱਲੋਂ ਬਿਲਕੁਲ ਟਰੈਕਟਰ ਬਿਲਕੁਲ ਓਕੇ ਨੇ, ਸਾਰੇ ਵਧੀਆ ਐਚਪੀ ਦੇ ਟਰੈਕਟਰ ਨੇ। ਬਾਕੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਆਈਕਨ ਦਬਾ ਕੇ ਆਲ ਦੇ ਵੀਡੀਓ ਨੂੰ ਪ੍ਰੈਸ, ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ, ਧੰਨਵਾਦ ਜੀ।